ਸਾਡੇ ਡੋਗਰ ਰਾਜਲੀ ਜੀ ਕੁਝ ਨਿਊਜ਼ੀਲੈਂਡ ਦੇ ਕਾਨੂੰਨਾਂ ਬਾਰੇ ਸਮਝਾ ਰਹੇ ਆ ਆਪਣੇ ਨਿੰਦਰ ਡਿਓਲਾ ਨੂੰ ਤੇ ਰਵੀ ਕੈਲਰਮ ਨੂੰ। ਹਾਂਜੀ ਸਾਰਾ ਕੁਝ ਪਤਾ ਹੈ, ਬੱਬੂ ਸਿੰਘ ਦੀ ਨੂੰ ਪਤਾ, ਅਸੀਂ ਤਾਂ ਘੁੰਮਦੇ ਰਹਿੰਦੇ ਇੱਧਰ। ਇਹਦਾ ਪਹਿਲਾਂ ਕਈ ਵਾਰੀ ਆ ਗਿਆ ਨਿਊਜ਼ੀਲੈਂਡ ਜੀ, ਸਕਲ ਦੇ ਮਾਮੇ ਇੱਧਰ ਤੋਂ ਰਵੀ ਗਏ, ਇੱਥੇ ਮੇਰੇ ਨਾਨਕੇ ਹੈ, ਮੇਰਾ ਡੈਡੀ ਇੱਥੇ ਭਜਾ ਕੇ ਲੈ ਕੇ ਗਏ ਸੀ ਗੋਰੀ ਨੂੰ ਤੇ ਮੈਂ ਵੀ ਲੈ ਕੇ ਜਾਊਂਗਾ ਤੇ ਮੇਰੇ ਡੈਡੀ ਨੇ ਗੋਰੀ ਛੱਡਤੀ ਜੀ, ਫਿਰ ਉੱਥੇ ਜਾ ਕੇ ਇੰਡੀਅਨ ਪਸੰਦ ਆ ਗਈ, ਉਹਦੇ ਨਾਲ ਵਿਆਹ ਕਰਾ ਲਿਆ, ਫਿਰ ਅਸੀਂ ਜੰਮ ਪਏ। ਅਸੀਂ ਵੀ ਇੱਦਾਂ ਹੀ ਕਰਨਾ, ਇੱਕ ਲੈ ਕੇ ਜਾਣਾ ਤੇ ਉੱਥੇ ਜਾ ਕੇ ਛੱਡ ਦੇਣੀ ਹੈ, ਦੂਜੇ ਨੂੰ ਵੇਚ ਦੇਣੀ ਹੈ 70,000 ਦੀ। ਸਾਡੇ ਪਲੇਅਰ ਮਿਹਨਤ ਕਰ ਰਹੇ ਆ ਨਿਊਜ਼ੀਲੈਂਡ ਦੇ ਵਿੱਚ ਵੀ, ਭੱਜ ਰਹੇ ਆ, ਵਰਜਿਸ਼ ਕਰ ਰਹੇ ਆ। ਡੋਗਰ ਰਾਜਲੀ, ਜੱਗੀ ਪਾਸਲਾ ਅਤੇ ਰਵੀ ਕੈਲਰਮ, ਨਰਿੰਦਰ ਡਿਓਲਾ ਅਤੇ ਆਹ ਮੁੰਡੇ ਨੂੰ ਤਾਂ ਤੁਸੀਂ ਜਾਣਦੇ ਆ, ਨੇ ਦੁਨੀਆਂ ਹੈਰਾਨ ਕਰੀ ਹੋਈ ਆ। ਗੋਪੀ ਮੈਟਰੇਟਰ ਹੈ, ਇਹਦੀ ਵੀ ਨਾਲੇ ਮਿਹਨਤ ਕਰਾਉਣੀ ਹੈ, ਇਹਦੀ ਪੱਟਾਂ ਦੀ ਘਾਟ ਮਾਰਦੀ ਹੈ ਅਤੇ ਇਹਦੀ ਪੱਟਾਂ ਇੱਡੀ ਜੱਸੇ ਪੱਟੇ ਵਾਂਗੂ ਕਰ ਦੇਣੀਆਂ। ਬਾਕੀ ਮੁੰਡਾ ਹੈਗਾ ਵਧੀਆ ਹੀ ਹੈ, ਪਰ ਉਹਦਾ ਸਾਈਕਲ ਬਾਪੂ ਠੀਕ ਹੀ ਹੈ। ਓਕੇ ਬ੍ਰੋ, ਬਾਏ।